ਕਿ ਸ਼੍ਰੀ ਦਵਿੰਦਰ ਫਡਨਵੀਸ ਜੀ ਦਾ ਸਿੱਖ ਧਰਮ ਲਈ ਬੜਾ ਇਹਨਾਂ ਦੀ ਸ਼ਰਧਾ ਆਸਥਾ ਔਰ ਨਿਸ਼ਠਾ ਹੈ। ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦਾ ਜਦੋਂ ਮਸਲਾ ਸਾਡੇ ਸਾਹਮਣੇ ਆਇਆ, ਉਸ ਵਕਤ ਉਸ ਬੋਰਡ ਦੇ ਵਿੱਚ ਜਾਂ ਉੱਥੇ ਪ੍ਰਮੁੱਖ ਅਧਿਕਾਰੀ ਲਾਉਣ ਦੀ ਮੰਗ ਸਿੱਖਾਂ ਨੇ ਉਠਾਈ ਕਿ ਅਸੀਂ ਆਪਣੇ ਵੱਲੋਂ ਇਹ ਮੰਗ ਹੈ ਸਾਡੀ ਕਿ ਉੱਥੇ ਸਿੱਖ ਨੁਮਾਇੰਦਾ ਲਾਇਆ ਜਾਏ। ਤਾਂ ਇਹਨਾਂ ਨੇ ਪਹਿਲ ਦੇ ਆਧਾਰ 'ਤੇ ਉੱਥੇ ਸਿੱਖ ਨੁਮਾਇੰਦਾ IAS ਅਫਸਰ ਲਾਇਆ ਔਰ ਉੱਥੇ ਦਾ ਜੋ ਬੋਰਡ ਦਾ ਉੱਥੋਂ ਦੀ ਸੰਗਤ ਦਾ ਮਸਲਾ ਸੀ ਕਿ ਸਥਾਨਕ ਸੰਗਤ ਨੂੰ ਨੁਮਾਇੰਦਗੀ ਦੇਣ ਵਾਸਤੇ ਕਾਨੂੰਨ ਬਣਾਇਆ ਜਾਏ, ਤਾਂ ਉਹਦੇ ਵਿੱਚ ਵੀ ਇਹਨਾਂ ਨੇ ਪਹਿਲ ਕਦਮੀ ਕੀਤੀ ਔਰ ਉਸ ਲਈ ਇਹਨਾਂ ਵੱਲੋਂ ਯਤਨ ਜਾਰੀ ਹਨ। ਸੋ ਮੈਂ ਇਹ ਬਹੁਤਾ ਸਮਾਂ ਨਹੀਂ ਆਪ ਜੀ ਦਾ ਲੈਣਾ। ਸੋ ਸਾਡੇ ਨਾਲ ਹਮੇਸ਼ਾ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ, ਅੱਜ ਵੀ ਸਾਥ ਦੇ ਰਹੇ ਹੈ।